ਕੋਲਕਾਤਾ ਦੇ ਵਿੱਚ ਹੋਏ ਇੱਕ ਡਾਕਟਰ ਦੇ ਰੇਪ ਮਰਡਰ ਮਾਮਲੇ ਤੋਂ ਬਾਅਦ ਲਗਾਤਾਰ ਰੈਜ਼ੀਡੈਂਟ ਡਾਕਟਰ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਹੜਤਾਲ ਕੀਤੀ ਜਾ ਰਹੀ ਹੈ, ਕਈ ਡਿਮਾਂਡਸ ਜਿਹੜੀ ਹੈ ਉਹ ਕੀਤੀ ਗਈ ਹੈ। ਸਭ ਤੋਂ ਪਹਿਲਾਂ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ ਕਿ ਸਾਡੀ ਸਿਕਿਉਰਿਟੀ ਕੀ ਹੈ। ਹਾਲਾਂਕਿ ਉਸ ਤੋਂ ਬਾਅਦ ਹੁਣ ਜਿੰਨੇ ਵੀ ਜਿਹੜੇ ਹਸਪੀਟਲਸ ਨੇ, ਪੰਜਾਬ ਦੀ ਅਸੀਂ ਗੱਲ ਕਰ ਲਈਏ, ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਹੁਣ ਸਿਕਿਉਰਿਟੀ ਨੂੰ ਲੈ ਕੇ ਕਈ ਪੁਖਤਾ ਕਦਮ ਚੁੱਕੇ ਗਏ ਨੇ, ਚਾਹੇ ਉਹ ਸੀਸੀਟੀਵੀ ਕੈਮਰਾ ਅਪਡੇਟ ਦੀ ਗੱਲ ਹੋਵੇ, ਚਾਹੇ ਹੋਟਸਪੋਟ ਜਿਹੜੇ ਏਰੀਆ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਲਾਈਟਾਂ ਜਿਹੜਾ ਹੈਗੀ ਉਹ ਕੀਤੀ ਜਾਵੇ। ਸਿਕਿਉਰਿਟੀ ਹੋਰ ਵਧਾਈ ਗਈ ਹੈ ਕਿਉਂਕਿ ਨਾਈਟ ਡਿਊਟੀ 'ਚ ਕਾਫੀ ਡਾਕਟਰਸ ਹੁੰਦੇ ਨੇ, ਲੇਡੀ ਡਾਕਟਰ ਹੁੰਦੇ ਨੇ। ਸਾਡੇ ਨਾਲ ਸੀਨੀਅਰ ਡਾਕਟਰ ਨੇ, ਡਾਕਟਰ ਤਰਨਜੀਤ ਕੌਰ ਮੈਮ। ਕਿਉਂਕਿ ਪਿਛਲੇ ਦਿਨਾਂ ਜਿਹੜੀ ਵੀ ਸਿਚੁਏਸ਼ਨ ਹੋਈ ਕੋਲਕਾਤਾ ਦੇ ਵਿੱਚ, ਹੜਤਾਲ ਲਗਾਤਾਰ ਜਾਰੀ ਹੈ, ਲੇਕਿਨ ਕਈ ਕਦਮ ਜਿਹੜੇ ਹੈ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਨੇ। ਕੈਮਰੇਜ ਦੀ ਅਸੀਂ ਗੱਲ ਕਰ ਲਈ, ਸਿਕਿਉਰਿਟੀ ਦੀ ਅਸੀਂ ਗੱਲ ਕਰ ਲਈ, ਹੋਟਸਪੋਟਸ ਆਈਡੈਂਟੀਫਾਈ ਦੀ ਗੱਲ ਕਰ ਲਈ, ਆਪਣੇ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਦੇਖਦੇ ਹੋਏ ਕੰਮ ਕੀਤੇ ਜਾ ਰਹੇ? ਦੇਖੋ, ਸਾਡੇ ਹਸਪੀਟਲ ਦੇ ਵਿੱਚ ਪ੍ਰਿੰਸੀਪਲ ਮੈਡਮ ਔਰ SMO ਸਰ ਸਾਹਿਬਾਨ ਨੇ ਜੋ ਵੀ ਅਰੇਂਜਮੈਂਟਸ ਰਿਵਿਊ ਕੀਤੇ ਨੇ ਸਾਰੇ ਤੋਂ ਬਾਅਦ, ਉਸ ਤੋਂ ਬਾਅਦ 21 ਸਪੋਟਸ ਆਈਡੈਂਟੀਫਾਈ ਹੋਏ ਨੇ। ਉੱਥੇ ਨਵੀਆਂ ਲਾਈਟਸ ਔਰ ਮਲਟੀਪਲ ਐਡੀਸ਼ਨਲ ਪੁਆਇੰਟਸ ਦੇ ਉੱਤੇ CCTV ਕੈਮਰਾ ਇੰਸਟਾਲੇਸ਼ਨ, ਜੋ ਸਿਕਿਉਰਿਟੀ ਪਰਸਨਲਸ ਹੈਗੇ ਨੇ ਇਹ ਉਹਨਾਂ ਨੂੰ ਇੰਸਟਰਕਸ਼ਨਸ ਜਾਰੀ ਹੋਈਆਂ ਨੇ ਕਿ ਸਾਡੇ ਜਿਵੇਂ ਹਸਪੀਟਲ ਦੇ ਦੋ ਵਿੰਗਸ ਨੇ, ਇੱਕ ਐਮਰਜੈਂਸੀ ਐਂਡ OPD ਵਿੰਗ ਹੈ ਤੇ ਦੂਸਰਾ MCH ਵਿੰਗ ਹੈ। ਤੋ ਜ਼ਿਆਦਾਤਰ ਜਿਹੜੇ ਫੀਮੇਲ ਸਟਾਫ ਹੈ ਉਹ MCH ਵਿੰਗ ਦੇ ਵਿੱਚ ਈਵਨਿੰਗ ਡਿਊਟੀ ਤੇ ਨਾਈਟ ਡਿਊਟੀ ਕਰਦੇ ਨੇ, ਤਾਂ ਬਹੁਤ ਵਾਰ ਇੱਕ ਬਿਲਡਿੰਗ ਤੋਂ ਦੂਸਰੀ ਬਿਲਡਿੰਗ ਜਾਣ ਦੀ ਰਾਤ ਨੂੰ ਵੀ ਲੋੜ ਪੈਂਦੀ ਹੈ, ਤਾਂ ਹਮੇਸ਼ਾ ਇੱਕ ਬੰਦਾ ਜਿਹੜਾ ਸਿਕਿਉਰਿਟੀ ਪਰਸਨਲ ਉਹਨਾਂ ਨੂੰ ਕੰਪਨੀ ਕਰੇਗਾ, ਕਿਉਂ ਨਾਈਟ ਟਾਈਮ ਦੇ ਵਿੱਚ ਜੋ ਵੀ ਮੂਵਮੈਂਟ ਹੈਗੀ ਹੈ ਇੱਕ ਬਿਲਡਿੰਗ ਤੋਂ ਦੂਸਰੀ ਬਿਲਡਿੰਗ ਦੀ ਹੋਏਗੀ, ਕੋਈ ਵੀ ਫੀਮੇਲ ਸਟਾਫ ਜਿਹੜਾ ਉਹ ਅਨਕੰਪਨੀਡ ਨਹੀਂ ਹੋਏਗਾ। ਯਾਨੀ ਕਿ ਸਿਕਿਉਰਿਟੀ ਜਿਹੜੀ ਹੈਗੀ ਉਹਦੇ ਨਾਲ ਕੀਤਾ ਗਿਆ ਹੈ, ਉਹਨੂੰ ਅਪ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੈਨਿਕ ਬਟਨ ਦੀ ਇੰਸਟਾਲੇਸ਼ਨ ਜਿਹੜੀ ਹੈਗੀ ਹੈ ਉਹਦੇ ਵਾਸਤੇ ਪਰਮਿਸ਼ਨ ਵਾਸਤੇ ਅਪਲਾਈ ਕਰ ਦਿੱਤਾ ਗਿਆ ਹੈ, ਤਾਂ ਇਨ ਕਮਿੰਗ ਡੇਜ਼ ਪੈਨਿਕ ਬਟਨ। ਪੈਨਿਕ ਜਿਹੜੇ ਬਟਨ ਹੈ ਉਹ ਕਿੱਥੇ ਕਿੱਥੇ ਲਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ, ਕਿਉਂਕਿ ਐਮਰਜੈਂਸੀ ਹੋ ਗਿਆ, ਲੇਬਰ ਰੂਮ ਹੋ ਗਿਆ, ਜਿਹੜੇ ਜਿਹੜੇ ਮੇਨ ਜਿਹੜੇ ਵੀ ਸੈਂਸਿਟਿਵ ਸਪੋਟਸ ਨੇ ਉੱਥੇ ਉੱਥੇ ਪੈਨਿਕ ਬਟਨ ਦੀ ਇੰਸਟਾਲੇਸ਼ਨ ਹੋਏਗੀ। ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜੀ ਇਲੀਮੀਨੇਸ਼ਨ ਹੈਗੀ ਹੈ, ਕੋਈ ਵੀ ਏਰੀਆ ਜਿਹੜਾ ਉਹ ਹੈਗਾ ਅਨਲਿਟ ਨਾ ਰਹੇ, ਠੀਕ ਹੈ, ਉੱਥੇ ਐਡੀਸ਼ਨਲ ਲਾਈਟਸ ਦੀ ਜਿਹੜੀ ਇੰਸਟਾਲੇਸ਼ਨ ਉਹ ਕਰਾਈ ਗਈ ਹੈ। ਬਾਕੀ ਐਮਰਜੈਂਸੀ ਦੇ ਬਾਹਰ ਔਰ ਲੇਬਰ ਰੂਮ ਦੇ ਬਾਹਰ MCA ਦੇ ਬਾਹਰ ਉਹ ਸਾਡੇ ਸਿਕਿਉਰਿਟੀ ਗਾਰਡ ਪਹਿਲਾਂ ਵੀ ਤਾਇਨਾਤ ਸੀ, ਉਹਨਾਂ ਨੂੰ ਹੋਰ ਪੁਖਤਾ ਕਰ ਦਿੱਤਾ ਗਿਆ। ਕਿਉਂਕਿ ਮੈਮ ਇਹ ਐਮਰਜੈਂਸੀ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਨੂੰ ਖੱਜਲ ਖੁਆਰੀ ਨਾ ਹੋਵੇ, ਤੁਸੀਂ ਲਗਾਤਾਰ ਅਰੇਂਜਮੈਂਟਸ ਕੀਤੇ ਹੋਏ ਨੇ, ਕਿਉਂਕਿ PGI ਹੋਵੇ, 16 ਹੋਵੇ, 32 ਹੋਵੇ, ਪੰਜਾਬ ਦੇ ਹਸਪੀਟਲਸ ਹੋਵੇ, ਲਗਾਤਾਰ ਸਟ੍ਰਾਈਕ ਚੱਲ ਰਹੀ ਹੈ ਲੋਕਾਂ ਦੀ ਖੱਜਲ ਖੁਆਰੀ ਨਾ, ਉਹਦੇ ਅਰੇਂਜਮੈਂਟ। ਪਰ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਉਹ 24 ਘੰਟੇ ਲਈ ਜਾਰੀ ਹਨ। ਐਮਰਜੈਂਸੀ ਡਾਕਟਰ ਦੀ ਅਵੇਲੇਬਿਲਟੀ, ਮੈਡੀਸਨ ਵਾਲਿਆਂ ਦੀ, ਸਰਜਰੀ ਵਾਲਿਆਂ ਦੀ, ਪੀਡਿਆਟ੍ਰਿਕਸ ਦੀ, ਗਾਇਨੀ ਵਾਲਿਆਂ ਦੀ ਤੇ ਬਾਕੀ ਦੇ ਡਿਪਾਰਟਮੈਂਟਸ 'ਚ ਆਨ ਕਾਲ ਐਮਰਜੈਂਸੀ ਉਹ ਅਵੇਲੇਬਲ ਨੇ। ਇਸ ਤੋਂ ਇਲਾਵਾ ਲੈਬ ਸਰਵਿਸਿਜ਼ ਔਰ ਐਕਸਰੇ ਸਰਵਿਸਿਜ਼ ਉਹ ਵੀ ਰਾਊਂਡ ਦਾ ਕਲੋਕ ਅਵੇਲੇਬਲ ਨੇ। ਕਿਉਂਕਿ ਰਾਤ ਦੇ ਸਮੇਂ ਜ਼ਿਆਦਾਤਰ ਸਟਾਫ ਹੁੰਦਾ ਨਾਈਟ ਦਾ, ਲੇਡੀਜ਼ ਜ਼ਿਆਦਾ ਹੁੰਦੀ ਹੈ, ਉਹਨਾਂ ਦੇ ਮੱਦੇਨਜ਼ਰ ਕੋਈ ਹੋਰ ਵੀ ਸੁਰੱਖਿਆ, ਹੋਰ ਅਪਡੇਟਿਡ ਜਿਹੜੀ ਸੁਰੱਖਿਆ ਨੂੰ ਲੈ ਕੇ ਜਿਹੜੇ ਕਦਮ ਚੁੱਕੇ ਗਏ? ਦੇਖੋ, ਸਾਡੇ ਹਸਪੀਟਲ 'ਚ ਇੱਕ ਪੁਲਿਸ ਪੋਸਟ ਹੈਗੀ ਹੈ, ਤਾਂ ਅਸੀਂ ਉਹਨਾਂ 'ਚ ਜੋ ਵੀ ਉਹਨਾਂ ਦਾ ਡਿਊਟੀ ਰੋਸਟਰ ਹੈ ਉਹਨਾਂ ਸਾਰੇ ਆਫਿਸਰਸ ਦੀ ਫੋਨ ਨੰਬਰ, ਨਾਮ ਤੇ ਰੋਸਟਰ ਉਹਨੂੰ ਅਸੀਂ ਐਮਰਜੈਂਸੀ ਦੇ ਵਿੱਚ ਡਿਸਪਲੇ ਕਰਵਾ ਦਿੱਤਾ, ਤਾਂ ਕਿ ਅਗਰ ਕੋਈ ਲੋੜ ਪੈਣ ਦੇ ਉੱਤੇ ਡਾਇਰੈਕਟ ਫੋਨ ਔਨ ਡਿਊਟੀ ਸਟਾਫ ਕਰਨਾ ਚਾਹੁੰਦਾ ਉਹ ਕਰ ਸਕਦਾ। ਪਰ ਉਸ ਤੋਂ ਪਹਿਲਾਂ ਇੱਕ ਇਮੀਡੀਏਟਲੀ ਬਾਹਰ ਵੀ ਦੋ ਸਿਕਿਉਰਿਟੀ ਗਾਰਡ ਰਾਊਂਡ ਦਾ ਕਲੋਕ ਤਾਇਨਾਤ ਹੁੰਦੇ ਨੇ ਐਮਰਜੈਂਸੀ ਦੇ ਬਾਅਦ। ਠੀਕ ਹੈ, ਤੁਹਾਨੂੰ ਲੱਗਦਾ ਹੈ ਕਿਉਂਕਿ ਓਬਵੀਅਸਲੀ ਤੁਸੀਂ ਵੀ ਐਜ਼ ਅ ਲੇਡੀ ਜੇ ਤੁਸੀਂ ਗੱਲ ਕਰੋ ਤਾਂ ਤੁਸੀਂ ਹੁਣ ਸੰਤੁਸ਼ਟ ਹੋ, ਕਿਉਂਕਿ ਕਈ ਚੀਜ਼ਾਂ ਨੇ, ਕਈ ਡਿਮਾਂਡ ਜਿਹੜੀ ਹੈ ਸਿਕਿਉਰਿਟੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਡਿਮਾਂਡ ਜਿਹੜੀਆਂ ਡਾਕਟਰਸ ਕਰ ਰਹੇ? ਦੇਖੋ, ਐਜ਼ ਫਾਰ ਐਜ਼ ਸਿਟੀ ਹਸਪੀਟਲਸ ਦਾ ਮਾਮਲਾ ਹੈਗਾ, ਇੱਥੇ ਸਾਡੇ ਹਸਪੀਟਲ 'ਚ ਤਾਂ ਕਾਫੀ ਇਨਵਾਇਰਮੈਂਟ ਨੂੰ ਸੇਫ ਕੀਤਾ ਗਿਆ ਹੈਗਾ, ਪਰ ਬਾਕੀ ਇਸ਼ੂਜ਼ ਤਾਂ ਜਿਹੜੀਆਂ ਸ਼ਹਿਰਾਂ, ਛੋਟੇ ਸ਼ਹਿਰਾਂ ਦੀ ਤੇ ਪਿੰਡਾਂ ਦੇ ਹਸਪੀਟਲਸ ਦੀ ਹੈਗੀ ਹੈ, ਉਹ ਤਾਂ ਉੱਥੋਂ ਦੇ ਲੋਕ ਹੀ ਕਮੈਂਟ ਕਰ ਸਕਦੇ ਜਾਂ ਉਹ ਪਰਸਿਸਟੈਂਟ ਇਸ਼ੂ ਹੈ।
ਬਿਲਕੁਲ, ਜਿੱਦਾਂ ਮੈਮ ਨੇ ਦੱਸਿਆ, ਹਾਲਾਂਕਿ ਸਿਕਿਉਰਿਟੀ ਦੇ ਮੱਦੇਨਜ਼ਰ ਹਾਲਾਂਕਿ ਸਟ੍ਰਾਈਕ ਲਗਾਤਾਰ ਚੱਲ ਰਹੀ ਔਰ ਹਸਪੀਟਲਸ ਦੇ ਵਿੱਚ ਭੀੜ ਬਹੁਤ ਜ਼ਿਆਦਾ, ਰਸ਼ ਬਹੁਤ ਜ਼ਿਆਦਾ, ਜਿਸ ਕਰਕੇ ਕਾਫੀ ਖੱਜਲ ਖਵਾਰੀ ਵੀ ਹੋ ਰਹੀ ਹੈ। ਲੇਕਿਨ ਦੂਜੇ ਪਾਸੇ ਹਸਪੀਟਲ ਪ੍ਰਸ਼ਾਸਨ ਵੱਲੋਂ, ਪੰਜਾਬ ਦੀ ਅਸੀਂ ਗੱਲ ਕਰ ਲਈਏ, ਹਸਪੀਟਲ ਪ੍ਰਸ਼ਾਸਨ ਵੱਲੋਂ ਲਗਾਤਾਰ ਸਿਕਿਉਰਿਟੀ ਦੇ ਅਰੇਂਜਮੈਂਟਸ ਹੋਰ ਵੀ ਜ਼ਿਆਦਾ ਕੀਤੇ ਗਏ ਨੇ, ਪੁਖਤਾ ਕੀਤੇ ਗਏ ਨੇ, ਜਿਹਦੇ ਵਿੱਚ ਹੋਰ ਜ਼ਿਆਦਾ ਸੀਸੀਟੀਵੀਜ਼ ਕੈਮਰੇ ਲਾਏ ਜਾ ਰਹੇ ਨੇ, ਕਿਉਂਕਿ ਐਮਰਜੈਂਸੀ ਅਸੀਂ ਮੌਜੂਦ ਹੈ, ਐਮਰਜੈਂਸੀ ਦੇ ਵਿੱਚ ਵੀ ਸੀਸੀਟੀਵੀਜ਼ ਲਾਏ ਗਏ ਨੇ। ਇਸ ਤੋਂ ਇਲਾਵਾ ਜਿਹੜੇ ਲੇਬਰ ਰੂਮ ਨੇ, ਹੋਰ ਵਾਰਡਸ ਨੇ, ਇੱਥੇ ਹੋਰ ਵੀ ਸੀਸੀਟੀਵੀ ਜਿਹੜੇ ਹੈ ਉਹ ਇੰਸਟਾਲ ਕੀਤੇ ਗਏ ਨੇ, ਯਾਨੀ ਕਿ ਹੋਰ ਵੀ ਜਿਹੜੇ ਸੀਸੀਟੀਵੀਜ਼ ਹੈ ਉਹਨਾਂ ਨੂੰ ਇੰਸਟਾਲ ਕੀਤਾ ਗਿਆ। ਸਿਕਿਉਰਿਟੀ ਵਧਾਈ ਗਈ ਹੈ ਰਾਤ ਦੇ ਸਮੇਂ, ਕਿਉਂਕਿ ਲੇਟ ਨਾਈਟ ਜਿਹੜੇ ਡਾਕਟਰਸ ਹੁੰਦੇ, ਲੇਡੀ ਡਾਕਟਰ ਖਾਸ ਤੌਰ ਤੇ ਹੁੰਦੇ ਜਾਂ ਟ੍ਰੇਨਿੰਗ ਡਾਕਟਰਸ ਹੁੰਦੀਆਂ, ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਤੁਸੀਂ ਉਸ ਬਿਲਡਿੰਗ ਤੋਂ ਉਸ ਬਿਲਡਿੰਗ ਜਾਣਾ ਹੈ ਕਿਸੇ ਵੀ ਕੰਮ ਤੇ ਜਾਂ ਫਿਰ ਉਹਦੇ ਤੇ, ਸਿਕਿਉਰਿਟੀ ਜਿਹੜੇ ਪਰਸਨਲ ਹੈ ਉਹਨਾਂ ਨੂੰ ਨਾਲ ਜਾਣਾ ਹੋਵੇਗਾ। ਦੂਜਾ, ਸੀਨੀਅਰ ਜਿਹੜੇ ਡਾਕਟਰਸ ਨੇ, SMO, ਹੋਰ ਜਿਹੜੇ ਸਿਵਲ ਸਰਜਨ ਨੇ, ਉਹਨਾਂ ਦੇ ਨੰਬਰਸ ਜਿਹੜੇ ਹੈ ਉਹ ਪ੍ਰੋਵਾਈਡ ਕੀਤੇ ਗਏ ਨੇ, ਜੇਕਰ ਕੋਈ ਵੀ ਮਿਸਹੈਪਨਿੰਗ ਹੁੰਦੀ ਹੈ, ਕੋਈ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਡਾਇਰੈਕਟ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੀਜਾ, ਜਿਹੜੇ ਹੌਟਸਪੌਟ ਏਰੀਆ ਨੇ, ਜਿਹੜੇ ਡਾਰਕ ਏਰੀਆਜ਼ ਨੇ, ਉੱਥੇ ਹੋਰ ਵੀ ਜਿਹੜੇ ਹੈਗੇ ਜਿਹੜੇ LED ਬਲਬਸ, LED ਲਾਈਟਸ ਹੈਵੀ, ਉਹ ਲਾਏ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਡਾਰਕ ਏਰੀਆ, ਹੌਟਸਪੌਟ ਜਿਹੜੇ ਆਈਡੈਂਟੀਫਾਈ ਕੀਤੇ ਨੇ। 21 ਜਿੱਦਾਂ ਮੈਮ ਨੇ ਕਿਹਾ ਕਿ 21 ਏਰੀਆ ਜਿਹੜੇ ਆ ਉਹ ਆਈਡੈਂਟੀਫਾਈ ਕੀਤੇ ਗਏ ਨੇ। ਮਕਸਦ ਕੀ ਹੈ? ਮਕਸਦ ਇਹੀ ਹੈ ਕਿ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਰੂਰੀ ਹੈ, ਕਿਉਂਕਿ ਪਿਛਲੇ ਦਿਨਾਂ ਜਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ, ਜਿਸ ਤਰ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਲੇਡੀ ਡਾਕਟਰ ਨਾਈਟ 'ਚ ਹੁੰਦੀ ਹੈ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੀ ਹੈ, ਜਾਂ ਹੋਰ ਬਈ ਕਈ ਚੀਜ਼ਾਂ ਨੂੰ ਲੈ ਕੇ ਹੁਣ ਪ੍ਰਸ਼ਾਸਨ ਵੱਲੋਂ ਵੱਖ ਵੱਖ, ਪੰਜਾਬ ਦੀ ਅਸੀਂ ਗੱਲ ਕਰ ਲਈਏ, ਪੰਜਾਬ ਦੇ ਵੱਖ ਵੱਖ ਹਸਪੀਟਲਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਅਰੇਂਜਮੈਂਟਸ ਹੈ, ਸਿਕਿਉਰਿਟੀ ਨੂੰ ਲੈ ਕੇ, ਸੀਸੀਟੀਵੀਜ਼ ਕੈਮਰੇ, ਹੌਟਸਪੌਟ ਆਈਡੈਂਟੀਫਾਈ ਨੂੰ ਲੈ ਕੇ, ਹੋਰ ਵੀ ਜਿਹੜੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ। ਨਾਈਟ ਦੇ ਵਿੱਚ ਖਾਸ ਤੌਰ ਤੇ, ਨਾਈਟ ਦੇ ਵਿੱਚ ਹੋਰ ਵੀ ਚੀਜ਼ਾਂ ਦਾ ਜਿਹੜਾ ਅਰੇਂਜਮੈਂਟਸ ਹੈ ਉਹ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਨਾਲ ਦੇ ਨਾਲ ਪੈਨਿਕ ਬਟਨ, ਪੈਨਿਕ ਬਟਨ ਐਮਰਜੈਂਸੀ ਦੇ ਵਿੱਚ ਲਾਇਆ ਜਾਏਗਾ, ਐਮਰਜੈਂਸੀ ਦੇ ਨਾਲ ਨਾਲ ਹੋਰ ਜਿਹੜੇ ਲੇਬਰ ਰੂਮ ਹੋਗੇ, ਜਿੱਥੇ ਲੇਡੀਜ਼ ਡਾਕਟਰ, ਲੇਡੀਜ਼ ਟ੍ਰੇਨੀ ਡਾਕਟਰਸ, ਨਰਸਿਸ, ਨਰਸਿੰਗ ਸਟਾਫ ਜਿੱਥੇ ਬੈਠਦੇ, ਉੱਥੇ ਪੈਨਿਕ ਬਟਨ ਜਿਹੜਾ ਉਹ ਲਾਇਆ ਜਾਏਗਾ। ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਤੁਸੀਂ ਪੈਨਿਕ ਬਟਨ, ਉਹਦਾ ਸਿੱਧੀ ਪੁਲਿਸ ਦੇ ਨਾਲ ਦਾ ਜਿਹੜੇ ਮੋਨੀਟਰਿੰਗ ਸੈੱਲ ਬਣਾਏ ਜਾ ਰਹੇ ਨੇ, ਉੱਥੇ ਜਿਹੜਾ ਉਹਨਾਂ ਦਾ ਕਨੈਕਸ਼ਨ ਦਿੱਤਾ ਜਾਏਗਾ ਕਿ ਨਾਲ ਦੇ ਨਾਲ ਕੋਈ ਰਿਸਪੌਂਸ ਉਹ ਦਿੱਤਾ ਜਾਵੇ।